ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਦੇ YouTube ਚੈਨਲ ਉੱਪਰ ਦੋਸਤੋ ਇਸ ਚੈਨਲ ਤੇ ਆਪਾਂ ਐਨਟੀਏ ਯੂਜੀਸੀ ਨੈਟ ਵਿਸ਼ਾ ਪੰਜਾਬੀ ਬਾਰੇ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਵਾਂਸਲ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ ਦੋਸਤੋ ਗੁਰਮੁਖੀ ਲਿਪੀ ਦੇ ਕੁੱਲ ਛਪੰਜਾਲ ਪਾਂਕ ਹਨ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਮੁxtਲਿਪਾਂਕ ਅਤੇ ਜੁਗਤਿលਿਪਾਂਕ ਦੋਸਤੋ ਮੁxtਲਿਪਾਂਕ ਉਹ ਹਨ ਜਿਨ੍ਹਾਂ ਦੀ ਵਰਤੋਂ ਮੁਕਤ ਰੂਪ ਵਿੱਚ ਹੋ ਸਕਦੀ ਹੈ ਇਹਨਾਂ ਨੂੰ ਕਾਰਜੀ ਦ੍ਰਿਸ਼ਟੀ ਤੋਂ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਸਵਰਲ ਪਾਂਕ ਅਤੇ ਵਿਅੰਜਨ ਪਾਂਕ ਸਵਰ ਧੁਨੀਆਂ ਲਈ ਵਰਤੇ ਜਾਣ ਵਾਲੇ ਲਿਪਾਂਕਾਂ ਨੂੰ ਸਵਰਲ ਪਾਂਕ ਅਤੇ ਵਿਅੰਜਨ ਧੁਨੀਆਂ ਲਈ ਵਰਤੇ ਜਾਣ ਵਾਲੇ ਲਪਾਂਕਾਂ ਨੂੰ ਵਿਅੰਜਨ ਲਪਾਂਕ ਕਿਹਾ ਜਾਂਦਾ ਹੈ ਹੁਣ ਇਹਨਾਂ ਬਾਰੇ ਆਪਾਂ ਵਿਸਥਾਰ ਵਿੱਚ ਚਰਚਾ ਕਰਾਂਗੇ ਸਵਾਰ ਲਪਾਂਕ ਦੋਸਤੋ ਊੜਾ ਆੜਾ ਅਤੇ ਈੜੀ ਸਵਾਰ ਲਪਾਂਕ ਹਨ ਪੰਜਾਬੀ ਵਿੱਚ ਸਾਰੀਆਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਲਈ ਇਹ ਲਪਾਂਕ ਕਿਸੇ ਨਾ ਕਿਸੇ ਲਗ ਲਪਾਂਕ ਦਾ ਆਸਰਾ ਲੈਂਦੇ ਹਨ ਵਿਅੰਜਨ ਲਪਾਂਕ ਦੋਸਤੋ ਗੁਰਮੁਖੀ ਲਿਪੀ ਵਿੱਚ ਉਪਰੋਕਤ ਤਿੰਨ ਸਵਰ ਲਪਾਂਕਾਂ ਤੋਂ ਅੱਗੇ ਸਸਾ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ ਲਪਾਂਕ ਹਨ ਇਹ ਸਾਰੇ ਮੁਕਤ ਲਪਾਂਕ ਹਨ ਕਿਉਂਕਿ ਇਹਨਾਂ ਦੀ ਵਰਤੋਂ ਜੋਕਤ ਲਪਾਂਕਾਂ ਤੋਂ ਬਿਨਾਂ ਵੀ ਕੀਤੀ ਜਾ ਸਕਦੀ ਹੈ ਦੋਸਤੋ ਇੱਥੇ ਇੱਕ ਗੱਲ ਧਿਆਨ ਚ ਰੱਖਣੀ ਜ਼ਰੂਰੀ ਹੈ ਕਿ ਅਜੋਕੀ ਪੰਜਾਬੀ ਵਿੱਚ ਨਈਆਂ ਅਤੇ ਅਈਆਂ ਦੀ ਮੁਕਤ ਵਰਤੋਂ ਲਗਭਗ ਖਤਮ ਹੋ ਚੁੱਕੀ ਹੈ ਪੈਰ ਬਿੰਦੀ ਲਪਾਂਕ ਗੁਰਮੁਖੀ ਲਿਪੀ ਵਿੱਚ ਆਖਰ ਉੱਪਰ ਆਉਣ ਵਾਲੇ ਛੇਲ ਪਾਂਕ ਸਸਾ ਪੈਰ ਬਿੰਦੀ ਤੋਂ ਲੈ ਕੇ ਲੱਲਾ ਪੈਰ ਬਿੰਦੀ ਤੱਕ ਛੇ ਪੈਰ ਬਿੰਦੀ ਵਾਲੇ ਲਪਾਂਕ ਹਨ ਲੱਲਾ ਪੈਰ ਬਿੰਦੀ ਨੂੰ ਛੱਡ ਕੇ ਬਾਕੀ ਲਪਾਂਕ ਉਹਨਾਂ ਵਿਅੰਜਨ ਧੁਨੀਆਂ ਲਈ ਮਿੱਥੇ ਗਏ ਹਨ ਜਿਹੜੀਆਂ ਫਾਰਸੀ ਭਾਸ਼ਾ ਦੇ ਪ੍ਰਭਾਵ ਨਾਲ ਪੰਜਾਬੀ ਵਿੱਚ ਆਈਆਂ ਅਰਥਾਤ ਇਸ ਬਾਦ ਦੇ ਦੀ ਪ੍ਰੇਰਣਾ ਉਰਦੂ ਫਾਰਸੀ ਧੁਨੀਆਂ ਨੂੰ ਤਤਸਮ ਰੂਪ ਵਿੱਚ ਪ੍ਰਗਟਾਉਣ ਦੀ ਰੁਚੀ ਵਿੱਚ ਮਿਲੀ ਹੈ। ਇਹ ਢੰਗ ਸਭ ਤੋਂ ਪਹਿਲਾਂ ਅੰਗਰੇਜ਼ ਪਾਦਰੀਆਂ ਨੇ ਵਰਤਿਆ ਸੀ। ਅੰਗਰੇਜ਼ੀ ਕਾਲ ਤੋਂ ਪਹਿਲਾਂ ਮੂਲ ਗੁਰਮੁਖੀ ਲਿਪੀ ਵਿੱਚ ਇਹ ਲਪਾਂਕ ਮੌਜੂਦ ਨਹੀਂ ਸਨ। ਜੋ ਕਿ ਪੰਜਾਬੀ ਉਚਾਰਨ ਵਿੱਚ ਸਸਾ ਪੈਰ ਬਿੰਦੀ ਧੁਨੀ ਤਾਂ ਸੁਤੰਤਰ ਧੁਨੀ ਦਾ ਦਰਜਾ ਰੱਖਦੀ ਹੈ ਕਿਉਂਕਿ ਇਸ ਦਾ ਸ ਧੁਨੀ ਨਾਲ ਸਪਸ਼ਟ ਵਿਰੋਧ ਹੈ ਜਦ ਕਿ ਹੋਰ ਧੁਨੀਆਂ ਖ ਗ ਜ ਅਤੇ ਫ ਆਪਣੀਆਂ ਮੂਲ ਧੁਨੀਆਂ ਨਾਲ ਸਿਰਫ ਸਹਿ ਧੁਨੀਆਂ ਬਜੋਂ ਹੀ ਕਾਰਸ਼ੀਲ ਹੁੰਦੀਆਂ ਹਨ ਲਲਾ ਪੈਰ ਬਿੰਦੀ ਧੁਨੀ ਦਾ ਵੀ ਲ ਧੁਨੀ ਨਾਲ ਕੁਝ ਕੁ ਸ਼ਬਦਾਂ ਵਿੱਚ ਵਿਰੋਧ ਮਿਲਦਾ ਹੈ ਪਰ ਅਜੋਕੀ ਪੀੜੀ ਵਿੱਚ ਇਸ ਦਾ ਉਚਾਰਨ ਭੇਦ ਮਿਟਦਾ ਜਾ ਰਿਹਾ ਹੈ ਗੂੜ ਲਪਾਂਕ ਗੁਰਮੁਖੀ ਲਿਪੀ ਵਿੱਚ ਕ ਚ ਟ ਪ ਪ ਅਤੇ ਹ ਛੇ ਗੂੜ ਲਪਾਂਕ ਹਨ ਇਹਨਾਂ ਨੂੰ ਗੂੜ ਲਪਾਂਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਤੋਂ ਵੱਧ ਧੁਨੀਆਂ ਦੇ ਸੂਚਕ ਹਨ ਇਹਨਾਂ ਵਿੱਚੋਂ ਪਹਿਲੇ 5 ਕ ਚ ਟ ਤ ਅਤੇ ਪ ਗੁਰਮੁਖੀ ਲਿਪੀ ਵਿੱਚ ਕ ਵਰਗ ਤੋਂ ਲੈ ਕੇ ਪ ਵਰਗ ਤੱਕ ਤਰਤੀਬਵਾਰ ਚੌਥਾ ਲਪਾਂਕ ਹਨ ਦੋਸਤੋ ਮੱਧ ਕਾਲ ਵਿੱਚ ਪੰਜਾਬੀ ਬਲਾਰੇ ਇਨ ਦਾ ਉਚਾਰਨ ਕਰਦੇ ਸਨ ਪੱਛਮੀ ਪੰਜਾਬੀ ਵਿੱਚ ਅੱਜ ਵੀ ਇਹਨਾਂ ਦਾ ਉਚਾਰਨ ਹੁੰਦਾ ਹੈ ਪਰ ਪੂਰਬੀ ਪੰਜਾਬੀ ਭਾਗ ਭਾਰਤ ਵਿੱਚ ਇਹਨਾਂ ਦਾ ਉਚਾਰਨ ਲੋਪ ਹੋ ਗਿਆ ਹੈ ਅਤੇ ਇਹਨਾਂ ਦੀ ਥਾਂ ਪਾਰਖੰਡੀ ਧੁਨੀ ਸੁਰਨੇ ਲੈ ਲਈ ਹੈ ਜੁਗਤ ਲਪਾਂਕ ਦੋਸਤੋ ਜੁਗਤ ਲਪਾਂਕ ਉਹ ਹਨ ਜਿਨ੍ਹਾਂ ਦੀ ਵਰਤੋਂ ਮੁਕਤ ਰੂਪ ਵਿੱਚ ਨਹੀਂ ਹੋ ਸਕਦੀ ਇਹ ਮੁੱਤਲਪਾਂਕਾਂ ਦੇ ਨਾਲ ਜੁੜ ਕੇ ਹੀ ਵਿਚਰਦੇ ਹਨ ਦੋਸਤੋ ਝੁਕਤਲਪਾਂਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਲਗਲਪਾਂਕ ਪਾਰਖੰਡੀ ਲਪਾਂਕ ਅਤੇ ਪੈਰਲਪਾਂਕ ਲਗਲਪਾਂਕ ਦੋਸਤੋ ਇਹ ਉਹ ਲਿਪੀ ਚਿੰਨ ਹਨ ਜੋ ਪੰਜਾਬੀ ਦੇ ਸਵਰਾਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਪੰਜਾਬੀ ਭਾਸ਼ਾ ਵਿੱਚ ਰਵਾਇਤੀ ਵਿਆਕਰਨਾਂ ਵਿੱਚ ਇਹਨਾਂ ਨੂੰ ਲਗਾ ਜਾਂ ਲਗਾ ਮਾਤਰਾ ਕਿਹਾ ਜਾਂਦਾ ਹੈ ਲਗਾ ਦੇ ਅਰਥ ਹਨ ਨਾਲ ਲੱਗਣ ਵਾਲੇ ਲਿਪੀ ਚਿੰਨ ਲਗਾ ਹਮੇਸ਼ਾ ਕਿਸੇ ਮੁਕਤਲ ਪਾਂਖ ਨਾਲ ਲੱਗ ਕੇ ਹੀ ਵਰਤੀਆਂ ਜਾਂਦੀਆਂ ਹਨ ਮਾਤਰਾ ਦਾ ਅਰਥ ਸਵਰ ਚਿੰਨ ਵੀ ਹੈ ਅਤੇ ਇਸ ਦਾ ਦੂਸਰਾ ਅਰਥ ਮਾਪ ਦੀ ਇਕਾਈ ਹੈ ਅਰਥਾਤ ਕਿਸੇ ਵਰਨ ਅੱਖਰ ਦੇ ਉਚਾਰਨ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਮਾਤਰਾ ਆਖਦੇ ਹਨ ਮਾਤਰਾ ਦੇ ਆਧਾਰ ਉੱਤੇ ਪੰਜਾਬੀ ਦੇ ਸਵਰਾਂ ਨੂੰ ਲਗੂ ਅਤੇ ਦੀਰਘ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਦੋਸਤੋ ਲਗ ਲਪਾਂਕਾਂ ਦੀ ਗਿਣਤੀ 9 ਹੈ। ਜਦ ਕਿ ਆੜਾ ਸਵਰ ਨੂੰ ਅੰਕਿਤ ਕਰਨ ਲਈ ਕੋਈ ਲਗ ਲਪਾਂਕ ਨਹੀਂ ਹੈ। ਇਸ ਨੂੰ ਜਾਂ ਤਾਂ ਮੁਕਤ ਰੂਪ ਵਿੱਚ ਲਿਖਿਆ ਜਾਂਦਾ ਹੈ ਜਾਂ ਇਹ ਵਿਅੰਜਨ ਲਪਾਂਕਾਂ ਵਿੱਚ ਸਮਲਿਤ ਹੀ ਹੁੰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ। ਉੜਾ ਕਨੌੜਾ ਲਾਵਾ ਅਤੇ ਜ਼ੁਲਾਵਾ ਲਗਾਖਰ ਦੋਸਤੋ ਲਗਾ ਬਾੰਗਰ ਵੈਤੀ ਵਿਆਕਰਨਾਂ ਵਿੱਚ ਬਿੰਦੀ ਟਿੱਪੀ ਅਤੇ ਆਦਿਕ ਨੂੰ ਲਗਾਖਰ ਕਿਹਾ ਜਾਂਦਾ ਹੈ ਲਗਾਖਰ ਲਗ ਪਲੱਸ ਅੱਖਰ ਦਾ ਸੰਧੀ ਸ਼ੇਧ ਹੈ ਅਜਿਹੇ ਸਹ ਇੱਕ ਲਿਪੀ ਚਿੰਨਾ ਜਿਨ੍ਹਾਂ ਦੀ ਵਰਤੋਂ ਲਗ ਲੱਗੇ ਅੱਖਰ ਨਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਜਿਵੇਂ ਲਗਾ ਅੱਖਰਾਂ ਨਾਲ ਲਗਦੀਆਂ ਹਨ ਓਵੇਂ ਲਗਾਖਰ ਲਗਾ ਨਾਲ ਮਿਲ ਕੇ ਸ਼ਬਦਾਂ ਦੇ ਉਚਾਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ ਵਰਤੋਂ ਦੇ ਪੱਖ ਤੋਂ ਇਹਨਾਂ ਦਾ ਸਥਾਨ ਤੀਸਰਾ ਹੈ ਪਾਵ ਪਹਿਲਾ ਅੱਖਰ ਆਉਂਦਾ ਹੈ ਫਿਰ ਉਸ ਦੇ ਨਾਲ ਲਗ ਲਗਦੀ ਹੈ ਅਤੇ ਫਿਰ ਲਗਾਖਰ ਕਿਸੇ ਵੀ ਸ਼ਬਦ ਵਿੱਚ ਲਗ ਤੋਂ ਬਿਨਾਂ ਇਹਨਾਂ ਦੀ ਸਿੱਧੀ ਵਰਤੋਂ ਨਹੀਂ ਹੁੰਦੀ ਪਾਰਖੰਡੀ ਲਪਾਂਕ ਦੋਸਤੋ ਪਾਰਖੰਡੀ ਧੁਨੀਆਂ ਲਈ ਵਰਤੇ ਜਾਂਦੇ ਲਿਪੰਕਾਂ ਨੂੰ ਪਾਰਖੰਡੀ ਲਿਪੰਕ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਸੁਰ, ਬਲ, ਨਾਸਕਤਾ ਆਦ ਤਿੰਨ ਮੁੱਖ ਪਾਰਖੰਡੀ ਧੁਨੀਆਂ ਹਨ ਇਨ੍ਹਾਂ ਤੋਂ ਇਲਾਵਾ ਦੁੱਤੀਕਰਨ ਅਤੇ ਸੁਰ ਲਹਿਰ ਵੀ ਮਹੱਤਵਪੂਰਨ ਦੋਸਤੋ ਗੁਰਮੁਖੀ ਲਿਪੀ ਵਿੱਚ ਸੁਰ ਨੂੰ ਅੰਕਿਤ ਕਰਨ ਲਈ ਕੋਈ ਚਿੰਨ ਨਹੀਂ ਮਿਲਦਾ ਭਾਸ਼ਾ ਵਿਗਿਆਨੀਆਂ ਨੇ ਸੁਰ ਨੂੰ ਅੰਕਿਤ ਕਰਨ ਲਈ ਤਿਰਛੀਆਂ ਲਾਈਨਾਂ ਅੰਕਿਤ ਕਰਨ ਦਾ ਸੁਝਾਅ ਦਿੱਤਾ ਹੈ ਭਾਵ ਜਿਸ ਧੁਨੀ ਉਚਾਰ ਖੰਡ ਤੇ ਸੁਰ ਮਾਰਕ ਕਰਨੀ ਹੋਵੇ ਉਸ ਦੇ ਉੱਪਰ ਤਿਰਛੀ ਲਕੀਰ ਖਿੱਚੀ ਜਾਂਦੀ ਹੈ ਉਦਾਹਰਨ ਵਜੋਂ ਵੇਖੋ ਉੱਚੀ ਸੁਰ ਚਾ ਨੀਵੀਂ ਸੁਰ ਚਾ ਅਤੇ ਪਧਰੀ ਸੁਰ ਚਾ ਦੋਸਤੋ ਬਲ ਅਤੇ ਸੁਰ ਇੱਕੋ ਹੀ ਉਚਾਰ ਖੰਡ ਤੇ ਆਉਂਦੇ ਹਨ ਇਸ ਲਈ ਬਲ ਨੂੰ ਅੰਕਿਤ ਕਰਨ ਲਈ ਵੀ ਸੁਰ ਚਿੰਨ ਅਰਥਾਤ ਉਸੇ ਹੀ ਤਿਰਛੀ ਲਕੀਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸੁਰ ਅਤੇ ਬਲ ਨੂੰ ਅੰਕਿਤ ਕਰਨ ਦੀ ਇਹ ਵਿਧੀ ਅਜੇ ਪੰਜਾਬੀ ਵਿੱਚ ਪ੍ਰਚਲਿਤ ਨਹੀਂ ਹੋਈ ਪੰਜਾਬੀ ਵਿੱਚ ਬਲ ਨੂੰ ਆਦਰਕ ਨਾਲ ਵੀ ਅੰਕਿਤ ਕੀਤਾ ਜਾਂਦਾ ਹੈ ਨਾਸਿਕਤਾ ਨਾਸਿਕਤਾ ਨੂੰ ਅੰਕਿਤ ਕਰਨ ਲਈ ਦੋ ਪਾਰਖੰਡੀ ਲਪਾਂਕ ਹਨ ਬਿੰਦੀ ਅਤੇ ਟਿੱਪੀ ਇਹਨਾਂ ਨੂੰ ਸਵਰ ਲਪਾਂਕਾਂ ਜਾਂ ਵਿਅੰਜਨ ਲਪਾਂਕਾਂ ਦੇ ਉੱਪਰ ਅੰਕਿਤ ਕੀਤਾ ਜਾਂਦਾ ਹੈ ਟਿੱਪੀ ਦੀ ਵਰਤੋਂ ਸਿਹਾਰੀ ਮੁਕਤੇ ਅਤੇ ਔਕੜ ਨਾਲ ਕੀਤੀ ਜਾਂਦੀ ਹੈ ਬਿੰਦੀ ਦੀ ਵਰਤੋਂ ਕੰਨੇ ਵਿਹਾਰੀ ਲਾਵਾ ਦੁਲਾਮਾ ਹੋੜੇ ਅਤੇ ਕਨੌੜੇ ਨਾਲ ਹੁੰਦੀ ਹੈ ਦੋਸਤੋ ਪਰ ਸਵਾਰ ਲਿਪਾਂਕ ਊੜਾ ਨਾਲ ਸਿਰਫ ਬਿੰਦੀ ਦੀ ਵਰਤੋਂ ਹੀ ਹੁੰਦੀ ਹੈ ਦੁੱਤੀ ਕਰਨ ਦੋਸਤੋ ਦੁੱਤੀ ਕਰਨ ਲਈ ਇੱਕ ਪਾਰਖੰਡੀ ਲਿਪਾਂਕ ਅਧਿਕ ਹੈ ਇਸ ਦੀ ਵਰਤੋਂ ਦੁੱਤੀ ਵਿਅੰਜਨਾਂ ਨੂੰ ਅੰਕਿਤ ਕਰਨ ਲਈ ਕੀਤੀ ਜਾਂਦੀ ਹੈ ਜਿਸ ਵਿਅੰਜਨ ਦਾ ਉਚਾਰਨ ਦੁਹਰਾ ਹੁੰਦਾ ਹੈ ਉਸ ਦੇ ਪਹਿਲੇ ਵਿਅੰਜਨ ਲਿਪਾਂਕ ਉੱਤੇ ਅਧਿਕ ਅੰਕਿਤ ਕੀਤਾ ਜਾਂਦਾ ਹੈ ਜਿਵੇਂ ਕਿ ਸੱਦਾ ਇਸ ਵਿੱਚ ਧ ਧ ਦੁੱਤੀ ਕਰਨ ਹੈ ਪੈਰ ਲਪਾਂਕ ਦੋਸਤੋ ਗੁਰਮੁਖੀ ਵਿੱਚ ਹਾ ਹਾ ਰਾ ਰਾ ਅਤੇ ਬਾ ਬਾ ਦੀ ਵਰਤੋਂ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਇੱਕ ਮੁਕਤਲ ਪਾਂਕ ਵਜੋਂ ਅਤੇ ਦੂਸਰਾ ਪੈਰਲ ਪਾਂਕ ਵਜੋਂ ਅਰਥਾਤ ਇਹਨਾਂ ਨੂੰ ਮੁਕਤਲ ਪਾਂਕਾਂ ਦੇ ਪੈਰਾਂ ਦੇ ਹੇਠਾਂ ਅੰਕਿਤ ਕੀਤਾ ਜਾਂਦਾ ਹੈ ਇਸ ਲਈ ਇਹਨਾਂ ਨੂੰ ਪੈਰਲ ਪਾਂਕ ਕਿਹਾ ਜਾਂਦਾ ਹੈ ਦੋਸਤੋ ਕਾਰ ਦੇ ਤੌਰ ਤੇ ਹਾਹੇ ਦਾ ਪੈਰਲ ਪਾਂਕੀ ਰੂਪ ਤਾਂ ਪਾਰਖੰਡੀ ਧੁਨੀ ਸੁਰ ਦਾ ਸੂਚਕ ਬਣਦਾ ਹੈ ਅਤੇ ਬਾਕੀ ਦੋਵੇਂ ਰਾਰਾ ਅਤੇ ਵਾਵਾ ਵਿਅੰਜਨ ਨੇੜਤਾ ਦੇ ਸੂਚਕ ਹਨ ਵਿਰਾਮ ਲਪਾਂਕ ਦੋਸਤੋ ਬੋਲਦੇ ਜਾਂ ਪੜ੍ਹਦੇ ਸਮੇਂ ਭਾਵਾਂ ਨੂੰ ਸਪਸ਼ਟ ਕਰਨ ਲਈ ਕਈ ਥਾਈ ਥੋੜਾ ਬਹੁਤ ਰੁਕਣਾ ਪੈਂਦਾ ਹੈ ਇਹਨਾਂ ਅਟਕਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਬੱਕਰੇ-ਬੱਕਰੇ ਚਿੰਨ ਵਰਤੇ ਜਾਂਦੇ ਐ ਇਨ੍ਹਾਂ ਚਿੰਨਾਂ ਨੂੰ ਬ੍ਰਾਮ ਲਪਾਂਕ ਕਿਹਾ ਜਾਂਦਾ ਹੈ ਪ੍ਰਾਚੀਨ ਪੰਜਾਬੀ ਲਿਖਤ ਵਿੱਚ ਇੱਕ ਹੀ ਬ੍ਰਾਮ ਲਪਾਂਕ ਸੀ ਜੋ ਦੋ ਰੂਪਾਂ ਵਿੱਚ ਪਛਲਿਤ ਸੀਗਾ ਇਕੈਰੀ ਡੰਡੀ ਅਤੇ ਦੂਰੀ ਡੰਡੀ ਪਰ ਅਜੋਕੀ ਗੁਰਮੁਖੀ ਲਿਖਤ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਲਗਭਗ ਸਾਰੇ ਹੀ ਬ੍ਰਾਮ ਲਪਾਂਕ ਵਰਤੇ ਜਾਂਦੇ ਐ ਕਾਰਜੀ ਪੱਖੋਂ ਇਹ ਸਾਰੇ ਬ੍ਰਾਮ ਲਪਾਂਕ ਦੋ ਪ੍ਰਕਾਰ ਦੇ ਹਨ ਇੱਕ ਉਹ ਜਿਹੜੇ ਲਿਖਤ ਨੂੰ ਪੜਨ ਵਿੱਚ ਸਹਾਇ ਹੁੰਦੇ ਹਨ ਅਤੇ ਦੂਸਰੇ ਲਿਖਤ ਨੂੰ ਸਪਸ਼ਟ ਰੂਪ ਵਿੱਚ ਸਮਝਣ ਵਿੱਚ ਸਹਾਇ ਹੁੰਦੇ ਹਨ ਦੋਸਤੋ ਪਹਿਲੀ ਪ੍ਰਕਾਰ ਦੇ ਬ੍ਰਾਮ ਵਿਪਾਂਕਾਂ ਦੀਆਂ ਦੋ ਕਿਸਮਾਂ ਹਨ ਇਹ ਜਾਂ ਤਾਂ ਪੂਰਨ ਠਹਿਰਾਓ ਦੇ ਸੂਚਕ ਹੁੰਦੇ ਹਨ ਅਤੇ ਜਾਂ ਫਿਰ ਘੱਟ ਠਹਿਰਾਓ ਦੇ ਸੂਚਕ ਹੁੰਦੇ ਹਨ ਇਸ ਆਧਾਰ ਤੇ ਇਹਨਾਂ ਨੂੰ ਪੂਰਨ ਅਤੇ ਅਰਧ ਬ੍ਰਾਮ ਵਿਪਾਂਕਾਂ ਵਿੱਚ ਵੰਡਿਆ ਜਾਂਦਾ ਹੈ ਪੂਰਨ ਬ੍ਰਾਮਹਲਪਾਂਕ ਇਹ ਹਨ ਡੰਡੀ ਪ੍ਰਸੰਹ ਸੂਚਕ ਅਤੇ ਵਿਸਮਈ ਅਰਧ ਬ੍ਰਾਮਹਲਪਾਂਕ ਕਮਾ ਅਤੇ ਬਿੰਦੀ ਕਮਾ ਦੋਸਤੋ ਦੂਸਰੀ ਪ੍ਰਕਾਰ ਦੇ ਬ੍ਰਾਮਹਲਪਾਂਕਾਂ ਵਿੱਚ ਸ਼ਾਮਲ ਹਨ ਡੈਸ਼ ਦਵਿੰਦੀ ਡੈਸ਼ ਬਿੰਦੀ ਦਵਿੰਦੀ ਜੋੜਨੀ ਪੁੱਠੇ ਕਾਮੇ ਛੁਟਮਰੋੜੀ ਅਤੇ ਬ੍ਰੈਕਟਾਂ ਉਮੀਦ ਹੈ ਹੁਣ ਤੱਕ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਐਂਟੀ ਜੂਜਿਸ ਨੈਟ ਅਤੇ ਪੰਜਾਬੀ ਵਿਸ਼ੇ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਾਡੇ ਇਸ YouTube ਚੈਨਲ ਨਾਲ ਜੁੜੇ ਰਹੋ